دی صدر بول گدی والے ساتھ دی صدا ہی ہے وہ بول لکھ دا تے پیر دی صدر بول پیر کوٹلے والی سچی سرکار دی صدر بول ماں مسانی دی صدا ہی ہے وہ بول ماتا شاشپور منی دی صدا ہی ہے وہ بول ماتا کالکا دی صدا ہی ہے وہ اے بابا کال پیرو لال دی صدر سادا بے سادا بے سادا سادا بے سادا سادا بے سادا بے سادا سادا بے سادا سادا بے سادا سادا بے سادا سادا ਕਹਿੰਦਾ ਜਾਏ ਕਹਿੰਦਾ ਸਿਕੱਤੀ ਨੇ ਤੇ ਤੇਰੇ ਗੁਰੂ ਪੀਰ ਨੇ ਕਹਿੰਦਾ
ਕਿਤੋਂ ਤੈਨੂੰ ਰਾਹ ਦਿਖਾਉਣਾ ਸ਼ੁਰੂ ਕਰਤਾ ਕਹਿੰਦਾ ਜਾ ਪੁੱਤਾ ਕਹਿੰਦਾ ਜਿਵੇਂ ਜਿਵੇਂ ਲਾਈ ਚੱਲੂਗਾ ਤੇ ਕਹਿੰਦਾ ਓਵੇਂ ਮੈਂ ਫਲ ਪਾਈ ਚੱਲੂਗਾ ਕਹਿੰਦਾ ਜਾ ਕਹਿੰਦਾ ਜਿਵੇਂ ਜਿਵੇਂ ਸੇਵਾ ਕਰੂੰਗਾ ਤੇ ਓਵੇਂ ਓਵੇਂ ਸੇਵਾ ਦਾ ਫਲ ਲੱਗਣਾ ਸ਼ੁਰੂ ਹੋ ਗਿਆ ਜਦੋਂ ਉਹ ਜਾ ਨਿਕਲ ਜੇ ਜਦੋਂ ਇਸ਼ਾਰਾ ਨਹੀਂ ਹੁੰਦਾ ਤੁਰਿਆ ਵਾਲੇ ਰਾਹ ਵਿੱਚੋਂ ਆਉਂਦਾ ਜੈਕਾਰ ਬੋਲਦਾ
ਕੀ ਕਹਿੰਦਾ ਬਾਬਾ ਓਏ ਕਹਿੰਦਾ ਇੱਥੇ ਨਾ ਨਹੀਂ
ਕਚਹਿਰੀ ਚੋਂ ਹੁਕਮ ਆ ਗਏ ਭਾਈ ਜਿੱਥੋਂ ਤੱਕ ਨੌਬਤ ਦੀ ਆਵਾਜ਼ ਗਈ ਉੱਥੋਂ ਤੱਕ ਧਰਤੀ ਨੂੰ ਭਾਗ ਲਾ ਗਿਆ ਹਾਂ ਬਤੇ ਫਕੀਰੀ ਦੇ ਵਿੱਚ ਪੈਰ ਰੱਖੇ ਨੂੰ ਬਹੁਤ ਦੇਰ ਹੋ ਗਈ ਹੈ ਬੰਦੇ ਪਰਖੇ ਵੀ ਬਹੁਤ ਆ ਹੈ ਚੇਲੇ ਗਾਏ ਵੀ ਬਹੁਤ ਆ ਪਰ ਇੱਕ ਸਾਰੇ ਚੇਲੇ ਗੱਲ ਕਹਿ ਦਿੰਦੇ ਆ ਵੀ ਪਾਣੀ ਪੀਏ ਪੁਣ ਕੇ ਤੇ ਗੁਰੂ ਬਣਾਈਏ ਦੂਜੇ ਤਾਂ ਕਹਿੰਦੇ ਪਰ ਤੂੰ ਇਹ ਕੰਮ ਕੀਤਾ ਪਹਿਲਾਂ ਪਰਖਿਆ ਹੈ ਫਿਰ ਬਣਾਇਆ ਇਵੇਂ ਗੱਲ ਤੇ ਹੁਣ ਕਮੀ ਵੀ ਨਹੀਂ ਰਹਿੰਦੀ ਕੋਈ ਕਹਿ ਬਾਬਾ ਫਿਰ ਗੁਰ ਸ਼ਬਦ ਦੱਸਤਾ ਕਹਿੰਦਾ ਇਹਨੂੰ ਤੋਤੇ ਵਾਂਗੂ ਰੱਟ ਲਾ ਓਏ ਠੀਕ ਆ ਕੀ ਕਹਿੰਦਾ ਬਾਬਾ ਓਏ ਕਹਿੰਦਾ ਤੇਰੀ ਕੋਟਲੇ ਵਾਲੀ ਸਰਕਾਰ ਲੱਖ ਦਾਤਾ ਪੀਰ ਠੀਕ ਹੈ ਕਹਿੰਦਾ ਬਾਬਾ ਭੈਰੋ ਕਹਿੰਦਾ ਜਿਵੇਂ ਜਿਵੇਂ ਇਹ ਪਾਠ ਦਾ ਸਿਮਰਨ ਕਰੂੰਗਾ ਓਏ ਕਹਿੰਦਾ ਜਿਵੇਂ ਜਿਵੇਂ ਤੂੰ ਰੱਟੂਗਾ ਇਹਨੂੰ ਕਹਿੰਦਾ ਉਹ ਹਾਜ਼ਰ ਨਜ਼ਰ ਆਏ ਕਹਿੰਦਾ ਬਾਹ ਬਣ ਕੇ ਖਰਚਾ ਕਰਦੇ ਬਰੋਬਰ ਓਏ ਅੱਜ ਦਾ ਜਸ ਪਾਠ ਮਨਜ਼ੂਰ ਆ ਠੀਕ ਹੈ ਜੋ ਖਾ ਗਿਆ ਉਹ ਵੀ ਕਰ ਗਿਆ ਜੋ ਸੇਵਾ ਕਰ ਗਿਆ ਉਹ ਵੀ ਕਰ ਗਿਆ ਠੀਕ ਹੈ ਪੁੱਤਰਾ ਅੱਜ ਤੋਂ ਬਾਅਦ ਹੋ ਗਿਆ ਤੂੰ ਫੱਕਰ ਫੱਕਰ ਮਤਲਬ ਫਕੀਰ ਠੀਕ ਆ ਤੇ ਫਕੀਰੀ ਕਾਇਮ ਰੱਖੀ ਠੀਕ ਆ ਗੁਰੂ ਨੂੰ ਕਦੇ ਲਾਜ ਨਾ ਲੱਗਣ ਦੇ ਆ ਗਈ ਸਮਝ ਜਿੱਦੇ ਗੁਰੂ ਤੇਰੇ ਘਰੇ ਆ ਜਾਏ ਠੀਕ ਆ ਤੇਰੇ ਧਰਤੀ ਦੇ ਪੈਰ ਨਹੀਂ ਲੱਗਣੇ ਚਾਹੀਦੇ ਗੁਰੂ ਐਸੀ ਚੀਜ਼ ਆ ਤੇ ਸਾਰਾ ਕੁਛ ਇਸੇ ਚੀਜ਼ ਆ ਹੈ ਤੁਸੀਂ ਦੋਨਾਂ ਜੀਆਂ ਨੇ ਕੀ ਕਰਨਾ ਆਪਦੇ ਗੁਰੂ ਸਾਹਿਬ ਦੇ ਪੈਰੀ ਹੱਥ ਲਾ ਕੇ ਬਹਿ ਜਾਓ ਤੇ 100 ਰੁਪਏ ਸਾਜੀਆਂ ਨੂੰ ਡਿੱਗ ਦਿਓ ਮੱਥਾ ਜੈ ਜੈਕਾਰ ਤੇ ਬੇੜੇ ਪਾਰ ਕਹਿ ਬਾਬਾ ਹੁਣ ਹੁਣ ਹੈਲੋ
بات ہے بابا بابا کی نہ کیا بات ہے پٹیالے جا کے جی اس سے سکھی تو کوئی نہیں سر Yeah.
ستنام في الوالد ستنام في الوالد
بابا 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 Thank you.
ਪਟਾਕੇ ਪਾਉਣ ਲੂੰ
جاي بابا كاركادي جاي بابا برشاديا بابا بابا Hey, hey, hey.
ਦੀ ਮੰਨਤਾ ਚ ਫਰਕ ਜਾਂ ਕੋਈ ਰਬੀਰ ਹੋਗਾ ਆਹੀ ਗੱਲ ਵਾ ਕੁਛ ਨਹੀਂ ਆ ਕਹਿ ਬੰਦਾ ਫਿਰ ਉਹ ਮੇਰਾ ਪੀਰ ਰੰਗੀ ਰਾਮ ਪੱਗ ਪੀਵੇ ਸੁਬਹ ਸ਼ਾਮ ਮੇਰਾ ਪੀਰ ਰੰਗੀ ਰਾਮ ਪੱਗ ਪੀਵੇ ਸੁਬਹ ਸ਼ਾਮ ਪੱਗ ਪੀ ਕੇ ਆਣੇ ਤੋਂ ਕਰਨਾ ਸਾਡਾ ਰਣੀ ਪਰ ਨਾਲੇ ਬਾਬਾ ਉਹ ਨਾਲੇ ਬਾਬਾ ਉਹ ਨਾਲੇ ਬਾਬਾ ਪਾਪਾ
ਹਾਜ਼ਰ ਬਾਜਦੀ ਸਦਾ ਹੀ ਜੈ ਬੋਲ ਪਾਈ ਧਰਤੀ ਮਾਤਾ ਦੀ ਸਦਾ ਹੀ ਜੈ ਬੋਲ ਪਾਈ ਇਸ ਨਗਰ ਜੜੇ ਦੀ ਜੈ ਹੋ ਬੋਲ ਪਾਈ ਇਸ ਗੱਦੀ ਦੇ ਪਾਗ ਦੀ ਸਦਾ ਹੀ ਜੈ ਬੋਲ ਪਾਈ ਮੇਰੇ ਗੁਰੂ ਦੀ ਸਦਾ ਹੀ ਜੈ ਬੋਲ ਵੀ ਬਾਬੇ ਰਾਜ ਗੱਲ ਦੀ ਸਦਾ ਹੀ ਜੈ ਬੋਲ ਵੀ ਬਾਬੇ ਸਤ ਨਾਮ ਰੀ ਸਦਾ ਹੀ ਜੈ ਬੋਲ ਵੀ ਬਾਬੇ ਝੰਡੇ ਦਾਸ ਦੀ ਸਦਾ ਹੀ ਜੈ ਬੋਲ ਵੀ ਮਹੰਤਾ ਸੰਤਾਂ ਦੀ ਸਦਾ ਹੀ ਜੈ ਬੋਲ ਵੀ ਪੰਜਾਬੀਆਂ ਦੀ ਸਦਾ ਹੀ ਜੈ ਬੋਲ ਵੀ ਬਾਬੇ ਭੈਰੋਂ ਦੀ ਬੋਲ ਵੀ ਮਾਤਾ ਕਾਲੀ ਦੇ ਦਰਬਾਰ ਦੀ ਜੈ ਹੋ ਬੋਲ ਵੀ ਮਾਤਾ ਕਾਲੀ ਦੇ ਦਰਬਾਰ ਦੀ ਸਦਾ ਹੀ ਜੈ ਬੋਲ ਵੀ ਸ਼ਾਮਪੁਰ ਮੋਹਣੀ ਦੇ ਦਰਬਾਰ ਦੀ ਸਦਾ ਹੀ ਜੈ ਬੋਲ ਵੀ ਮੇਰੇ ਗੱਦੀ ਦੇ ਸਾਧ ਦੀ ਸਦਾ ਹੀ ਜੈ ਬੋਲ ਵੀ ਨੌ ਨਾਥਾਂ ਦੀ ਸਦਾ ਹੀ ਜੈ ਬੋਲ ਵੀ ਬਜਰੰਗ ਬਲੀ ਦੀ ਸਦਾ ਹੀ ਜੈ ਬੋਲ ਵੀ ਸ਼ਿਵ ਭਗਵਾਨ ਦੀ ਸਦਾ ਹੀ ਜੈ ਬੋਲ ਵੀ ਸਾਜ ਬਾਈ ਦੀ ਗੱਜ ਕੇ ਆਖੋ ਵੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਸਤਨਾਮ ਵਾਹਿਗੁਰੂ ਸਤਨਾਮ ਬੋਲੀਏ ਸੱਚੇ ਦਰਬਾਰ ਕੀ ਸਦਾ ਹੀ ਮੇਰੇ ਫਕੀਰ ਦਾ ਵਚਨ ਹੈ ਠੀਕ ਆ ਫਿਰ ਮੇਰਾ ਮਾਲਕ ਕਹਿੰਦਾ ਨਾ ਮੈਂ ਰਹਿਣ ਦੇਣੀ ਹੈ ਘਾਟ ਕਹਿੰਦਾ ਦਿਨ ਥਾਲੀ ਦੇ ਪਾਣੀ ਵਾਂਗੂ ਡੋਲਦਾ ਸੀ ਜਦੋਂ ਦਿਨ ਮਿੱਠੇ ਸੀ ਕਹਿੰਦਾ ਕੀ ਬਾਬਾ ਮੇਰੇ ਤੋਂ ਪਤਾ ਨੀ ਪੂਰਾ ਲੱਖਾ ਜਾਣਾ ਕਿ ਨਹੀਂ ਲੱਖਿਆ ਜਾਣਾ ਐਵੇਂ ਸੀ ਐਵੇਂ ਸੀ ਬਾਬਾ ਕਹਿੰਦਾ ਤੇ ਜਦੋਂ ਮੇਰੇ ਮਾਲਕ ਦਾ ਨਾਂ ਲੈ ਕੇ ਤਰਲਾ ਕਹਿੰਦਾ ਬਾਬਾ ਗੁਰੂ ਦੀ ਰਜਾ ਦੇ ਵਿੱਚ ਬਹਿ ਜਾ ਬੋਲੀਏ ਸੱਚੇ ਦਰਬਾਰ ਜੀ ਜੈ ਹੋ ਕੋਈ
ਕਣ ਬੌਂਡਾ ਘਰ ਦੇ ਖਤਰ ਤੇ ਆਪਦੇ ਸਰੀਰ ਦੇ ਖਤਰ ਕਹਿੰਦਾ ਸਰੀਰ ਸਾਰਾ ਜੁੜਿਆ ਪਿਆ ਧੰਨ ਬਾਬਾ ਠੀਕ ਹੈ ਐ ਪੁੱਛਦੇ ਹੋ ਕੀਤੇ ਕਰਾਂਦਾ ਜਸਨ ਰੱਬ ਲੋਕ ਬਣ ਗਿਆ ਹੈ ਹੈ ਮਾਲਕ ਮੈਨੂੰ ਐ ਦੱਸਦਾ ਕਹਿੰਦਾ ਕੀ ਸਿਰ ਤੋਂ ਲੈ ਕੇ ਪੈਰਾਂ ਤੱਕ ਮਿਲਿਆ ਪਿਆ ਸਰੀਰ ਹੈ ਹਾਂਜੀ ਬਾਬਾ ਨਾ ਤਾਂ ਤੂੰ ਮੈਨੂੰ ਜਾਣਦੀ ਆ ਨਾ ਅਸੀਂ ਤੈਨੂੰ ਜਾਣਦੇ ਹੈ ਫਿਰ ਵੇਖ ਵਿੱਚ ਗੱਦੀ ਦਾ ਪੂਰਾ ਵੇਰਵਾ ਤੇਰੇ ਦਾ ਹੈ ਮਾਲਕ ਕਹਿੰਦਾ ਕਿਸੇ ਟਾਈਮ ਚੜਾਈਆਂ ਬਹੁਤ ਸੀ ਹੈ ਤੇ ਪਰ ਹੁਣ ਕੁੰਡੀ ਅੱਧੀ ਹੀ ਰਹਿ ਜਾਂਦੀ ਇਵੇਂ ਗੱਲ ਨਾ ਫਿਰ ਮੇਰਾ ਮਾਲਕ ਦੱਸਦਾ ਕਹਿੰਦਾ ਆ ਚੀਜ਼ ਚੀਜ਼ ਫੜੀਂਦੀ ਆ ਰੁਕ ਜਾਂਦੀ ਆ ਰੁਕ ਜਾਂਦੀ ਆ ਜਿਵੇਂ ਸਾਦਾ ਹੋਏ ਕਿਆ ਬਾਤ ਫਿਰ ਵੇਖ ਭੈਣੇ ਮੇਰੀ ਮਾਲਕ ਕਹਿੰਦਾ ਡਿੱਗਦੀ ਫਿਰਦੀ ਪੱਲੇ ਕੁਛ ਨੀ ਰਹਿ ਗਿਆ ਹੈ ਫਿਰ ਮੈਨੂੰ ਐ ਦੱਸੀ ਮਾਲਕ ਕਹਿੰਦਾ 24 ਘੰਟੇ ਰੋਣ ਤੇ ਲੱਗ ਪੈਂਦਾ ਆਇਆ ਬਾਈ ਉਹ ਮਾਜੇ ਪੂਤ ਦਾ ਜਾਉਂਦਾ ਹੋਏ ਪਾਸਾ ਨੀ ਲੱਗੀ ਦਾ ਉਹ ਤੁਰੇ ਕੋਟਲੇ ਆਉਂਦਾ ਮਾਲਕ ਬਣ ਕੇ ਗੱਦੀ ਦਾ ਤੁਰੇ ਕੋਟਲੇ ਆਉਂਦਾ ਮਾਲਕ ਬਣ ਕੇ ਗੱਦੀ ਦਾ ਗੱਦੀ ਕਰਦੇ ਸੀ ਮਾਲਕ ਕਹਿੰਦਾ ਗੱਦੀ ਦਾ ਰਾਹ ਵੀ ਬਹੁਤ ਸੀ ਪਰ ਐਸ ਤਾਂ ਮਾਡਾ ਸਾਰਾ ਹੀ ਖਿਲਰ ਗਿਆ ਖਿਲਰ ਗਿਆ ਫਿਰ ਮੈਨੂੰ ਐ ਦੱਸੀ ਚਾਣ ਚੱਕ ਕਿੱਥੇ ਡਿੱਗ ਪਈ ਸੀ ਚਾਣ ਚੱਕ ਡਿੱਗ ਕਿੱਥੇ ਪਈ ਸੀ ਘਰੇ ਡਿੱਗ ਪਈ ਸੀ ਫਿਰ ਮੈਨੂੰ ਐ ਦੱਸੀ ਇੱਕ ਅੰਗ ਮਾਲਕ ਨੇ ਖਲਾਰਦਾ ਸੀ ਖਲਾਰਦਾ ਗੁਰੂ ਬਣਾਇਆ ਸੀ ਭੈਣੇ ਮੇਰੀ ਹੈ ਕਿੱਥੋਂ ਦੇ ਗੁਰੂ ਜੀ ਬਿਸ਼ਨੰਦੀ ਦਾ ਗੁੱਸਾ ਤਾਂ ਨੀ ਕਰਦੀ ਮੇਰੀ ਗੱਲ ਦਾ ਗੁਰੂ ਵੀ ਪੂਰਾ ਨੀ ਮਿਲਿਆ ਚੋਟੀ ਦਾ ਤਾਰੀ ਵਾਲੀ ਬਿਸ਼ਨੰਦੀ ਕਹਿੰਦਾ ਉਹ ਜੇ ਗੁਰੂ ਦਾ ਪੂਰਾ ਹੋਇਆ ਚੰਡਿਆ ਤੇ ਅੱਜ ਇਹ ਹਾਲ ਨਾ ਹੁੰਦੇ ਕੀ ਕਹਿੰਦਾ ਵਾਜੀ ਬਾਬਾ ਜ਼ਹਿਰ ਕੱਢ ਬਾਬਾ ਉਹ ਚੇਲਿਆ ਤੂੰ ਤੇਰੇ ਵਿੱਚ ਕੱਚ ਰਹਿ ਗਿਆ ਓਏ ਗੁਰੂ ਤੇਰਾ ਵਿੱਦਿਆ ਚ ਭਾਗ ਲੈ ਗਿਆ ਤੇਰਾ ਵਿੱਦਿਆ ਚ ਭਾਗ ਲੈ ਗਿਆ
ਬਾਬਾ ਦਾ ਜਕਾਰਾ ਬਾਪੂ ਸਤਨਾਮ ਰਿਕੀ ਦਾ ਬੋਲ ਸੱਚੇ ਫਿਰ ਵੇਖ ਮੇਰੀ ਭੈਣੇ ਸਰੀਰ 24 ਘੰਟੇ ਮਿੱਟੀ ਬਣ ਗਿਆ ਹੈ ਜਵਾ ਮਿੱਟੀ ਹੋ ਗਿਆ ਕਹਿੰਦਾ ਕੀ ਹੈ ਪਹਿਲਾ ਕਹਿੰਦਾ ਸਰੀਰ ਤੇ ਮੇਰੀ ਪੁੱਤ ਵਰਗੀ ਸੀ ਸੁੱਖ ਸੁਖਤੀਲਾ ਹੋ ਗਈ ਹੈ ਜੀ ਬਾਬਾ ਜੀ ¡Gracias!
Yeah.
تانا 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 شكرا 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 ماي نگر کھیڑے چھے گون آلے نے گون جس پاس کرتا کیا بات بابا مارا ہے دے دروار چھے ڈانکے بجے جائے بابا رائے گیا گیارہ گیارہ پوت دے کے جانے اس گدی تو تان بابا دو تاج دے دے تان بابا نو رہ گے ساج نو پورے کر دینا جائے ہو چلو I'm gonna go
ਕਰਾਸ ਕਦੀ ਦਾ ਫਕੀਰ ਦਾ ਜੈ ਹੋ ਲੈ ਪੁੱਤ ਓਏ ਤੇਰੇ ਘਰ ਦਾ ਨਕਸ਼ਾ ਆਉਣ ਵਾਲੇ 9 ਮਹੀਨਿਆਂ ਚ ਬਦਲ ਦੇਣਾ ਸੀ ਕਿਆ ਪਤਾ ਜੈ ਧੰਨ ਬਾਬਾ ਪੀਰਾਂ ਦਾ ਦਰਬਾਰ ਅਸੀਂ ਅਲੱਗ ਲੈ ਲੈਣਾ ਧੰਨ ਬਾਬਾ ਸੰਗਤ ਦੀ ਕੋਈ ਟੋਟ ਨਹੀਂ ਜੈ ਹੋ ਸਾਫ ਨੀਤਾਂ ਨੂੰ ਮਰਾਦਾ ਪੁੱਤ ਓਏ ਤੇ ਕਦਰ ਕਰੀ ਇਹਨਾਂ ਦੀ ਹੀਰੇ ਵਰਗੀ ਗੁਰੂ ਚਲ ਆ ਲੈ ਪੁੱਤ ਮਾਲਕ ਨੇ ਰੰਗ ਲਾ ਦੇ ਅੱਜ ਵਾਲੀ ਰਾਤ ਬਹੁਤ ਚਿਰ ਦਾ ਤੂੰ ਗੁਰੂ ਦੀ ਤਲਾਸ਼ ਚ ਸੀਗਾ ਇਦੋਂ ਪਹਿਲਾਂ ਤੂੰ ਦੋ ਗੁਰੂ ਚੁਣ ਕੇ ਵੀ ਪਿੱਛੇ ਹੋ ਗਏ ਸੱਚਾ ਪੁੱਤ ਚਾਹਿਆ ਬਹੁਤ ਵੀ ਇਹਨੂੰ ਵੀ ਬਣਾ ਲੈ ਇਹਨੂੰ ਵੀ ਬਣਾ ਲੈ ਪਰ ਹੱਥ ਦੋਨਾਂ ਨੇ ਨੀ ਫੜੀ ਜਮਾਂ ਨੇੜੋ ਫੜ ਕੇ ਛੱਡ ਸਕ ਇਲਮ ਤੈਨੂੰ ਸਿਖਾਇਆ ਪਰ ਤੂੰ ਆਪ ਹੀ ਸਿੱਖ ਗਿਆ ਬੈਠਾ ਉਹਨਾਂ ਦੀ ਸ਼ਰ੍ਹਾਂ ਚ ਸੀਗਾ ਪਰ ਜਿਨ੍ਹਾਂ ਨੇ ਹੁਣ ਜਮੇ ਹੀ ਇੱਕ ਗੱਲ ਹੋਰ ਆ ਪੁੱਤ ਤੇਰੀ ਗੱਲ ਵਿੱਚ ਇੱਕ ਗੱਲ ਹੋਰ ਪੁੱਤਾ ਜਦੋਂ ਆਪਾਂ ਹੱਥ ਫੜੀਏ ਕਿਸੇ ਗੁਰੂ ਦਾ ਆਪਾਂ ਤੋਂ ਪਾਰ ਨਹੀਂ ਲੱਗਿਆ ਜਾਂਦਾ ਜਦੋਂ ਇਹਨਾਂ ਸਰਕਾਰਾਂ ਨੇ ਹੱਥ ਫੜ ਲਿਆ ਤੇ ਫਿਰ ਪਾਰ ਲਾਉਣੋਂ ਕੋਈ ਰੋਕ ਨਹੀਂ ਸਕਦਾ ਚੱਲ ਪੁੱਤਾ ਛੂਕ ਪੈਂਦੀ ਆ ਜਿੱਥੋਂ ਤੱਕ ਨਗਾਰਾ ਵੱਜ ਗਿਆ ਸੁੱਤਾਂ ਦੇ ਭਾਗ ਜਾਗ ਜਿਨ੍ਹਾਂ ਨੇ ਘਰੇ ਬੈਠੇ ਨੇ ਵੀ ਸੁਣ ਲਿਆ ਉਹਨਾਂ ਦੇ ਧੱਕੇ ਸੁੱਤ ਵੀ ਜਾਗ ਵੀ ਜਿਨ੍ਹਾਂ ਨੇ ਇੱਥੇ ਬਹਿ ਕੇ ਚੌਕੀ ਭਰ ਲਈ ਉਹਨਾਂ ਦੀ ਤਾਂ ਦਰਗਾਹ ਚੜ੍ਹਨੀ ਹੋ ਗਈ ਓਏ ਜਾਓ ਪੁੱਤ ਓਏ ਤੇ ਚਾਰ ਚਾਰ ਹੀ ਖੜਾਵਾਂਗੇ ਤੇ ਦੋ ਦਿਨ ਖੜਾਵਾਂਗੇ ਲਗਾਤਾਰ ਵਾਹ ਵਾਹ ਚਕਾਰਾ ਮੇਰੇ ਸਾਈਂ ਰਾਜਗੁਰੂ ਜੀ ਦਾ ਆਏ ਕਮਲੋ ਨਾ ਦੇ ਕਰੇ ਕਿਹੜਾ ਲੱਗੂ ਮੇਰੇ ਕਮਲੋ ਨਾ ਦੇ
ਬਾਤ ਬਾਬਾ ਜੈ ਹੋ ਜੈ ਬਾਬਾ ਜੀ ਬੋਲ ਸਰਵਾਰ ਕਾ ਸਦਾ ਹੀ ਜੈ ਬਾਬਾ ਸਦਾ ਹੀ ਜੈ ਰੱਬ ਵਰਗੀ ਸਾਧ ਸੰਗਤ ਦਾ ਜਿਕਰ ਇੱਕ ਜ਼ਰੂਰ ਬੋਲ ਜਿਕਰ ਹੈ ਰੱਬ ਵਰਗੀ ਸਾਧ ਸੰਗਤ ਦਾ ਸਦਾ ਹੀ ਜੈ ਸਰਵਾਰ ਕੀ ਜੈ ਆਇਆ ਬਾਬਾ ਬਾਬਾ ਚੱਲੀ ਜਾ ਦੇ ਕੰਮ ਨੂੰ ਆਇਆ ਬਾਬਾ ਪਹੁੰਚ ਕਹਿੰਦਾ ਜਿੰਨਾ ਕੁ ਮੈਨੂੰ ਯਕੀਨ ਮਾਂ ਸੀ ਮਾਲਕ ਨੇ ਮੇਰੀ ਲੱਜ ਰੱਖੀ
ਰੱਖਦੀ ਫਿਰ ਮੈਨੂੰ ਐ ਦੱਸੀ ਜਨਾਨੀ ਦੀ ਆਵਾਜ਼ ਪੈਂਦੀ ਹੈ ਸੁਪਨੇ ਅੰਦਰ ਕੀ ਬਾਤ ਹੈ ਵਜੀ ਬਾਬਾ ਫਿਰ ਮੇਰਾ ਮਾਲ ਕਹਿ ਦੱਸਦਾ ਭੈਣੇ ਕਹਿੰਦੇ ਅੱਗ ਨੂੰ ਅੱਗ ਕਿੱਥੇ ਲੱਗ ਗਈ ਸੀ ਘਰੇ ਲੱਗ ਗਈ ਸੀ ਹੈ ਜੀ ਬਾਬਾ ਜੀ ਗੰਦਾ ਗੰਦਾ ਮੈਂ ਗਾਉਣ ਲੱਗ ਪਿਆ ਭੈਣੇ ਘਰ ਚੋਂ ਹੈ ਹੁਣ ਤਾਂ ਐਂ ਜੀ ਕਰਦਾ ਵੀ ਰੱਬ ਮੈਨੂੰ ਚੱਕ ਲੈ ਮਰਨ ਬੜਾ ਜਿੱਦ ਕਰਦਾ ਹੈ ਤੇ ਮੈਨੂੰ ਇਹ ਦੱਸੀ ਸਾਰਾ ਘਰ ਖੇਰੂ ਖੇਰੂ ਹੋ ਗਿਆ ਚੱਲੀ ਬਾਬਾ ਕਾਲੀ ਕਲਕੱਤੇ ਵਾਲੀ ਦਾ ਜਗਾਰਾ ਇਮਾਮ ਸਾਹਿਬ ਦੇ ਦਰਬਾਰ ਦਾ ਦਰਬਾਰ ਕੀ ਜੈ ਜਗਾਰਾ ਗੁਰੂ ਹਰਸ ਰਾਜ ਦਾ ਬੋਲੀ ਸੱਚੇ ਦਰਬਾਰ ਕੀ ਜੈ ਜਗਾਰਾ ਆਪ ਆਪਣੇ ਮਾਤ ਪਿਤਾ ਦਾ ਬੋਲੀ ਸੱਚੇ ਦਰਬਾਰ ਕੀ ਜੈ
ਜਿਕਰਾ ਮਾਪਾ ਗੁਜਰ ਮੀਂ ਦਾ ਬੋਲੀ ਸੱਚੇ ਦਰਬਾਰ ਕੀ ਜਿਕਰਾ ਗਰਮੀ ਅਨ ਸਰਕਾਰ ਦਾ ਬੋਲੀ ਸੱਚੇ ਦਰਬਾਰ ਕੀ ਜਿਕਰਾ ਖਵਾਜਾ ਗ੍ਰੀਨ ਮਾਜ ਦਾ ਬੋਲੀ ਸੱਚੇ ਦਰਬਾਰ ਕੀ ਸਦਾ ਹੀ ਜਿਕਰਾ ਆਇਓ ਸਾ ਸੰਗਤ ਦਾ ਬੋਲੀ ਸੱਚੇ ਦਰਬਾਰ ਕੀ ਸਦਾ ਹੀ ਜਿਕਰਾ ਸਾਜੀ ਨਵਾਜੀਆਂ ਦਾ ਬੋਲੀ ਸੱਚੇ ਦਰਬਾਰ ਕੀ ਹਾਂ ਬਾਬਾ ਆਇਆ ਬਾਬਾ ਉਹ ਲੱਗੇ ਨਾ ਬਾਬਾ